केंद्र वालों हर रोज़ वधाए जा रहे डीजल और पेट्रोल के रेटा ते ट्रकों की देशव्यापी हड़ताल को लैके बाबा बंदा सिंह बहादुर ट्रक ऑपरेटर्स एसोसीएशन ते ट्रांसपोर्ट कंपनियों के अहुदेदार ट्रक मालकों ते ट्रक ऑपरेटर की विशेष बैठक ट्रक एसोसीएशन के दफ्तर मूनक विखे हुई, जिस विच सर्वसम्मति दे नाल महंगाई के विरुद्ध देशव्यापी ट्रक ऑपरेटर की हड़ताल में शमूलियत करने का फैसला किया गया। प्रधानमंत्री नरेंद्र मोदी ते सूबे की कैप्टन सरकार विरुद्ध नारेबाजी की गई। ट्रक एसोसीएशन के प्रधान मक्खन लाल सिंगला ते साबका प्रधान मुख्तियार सिंह कंबोज, साबका प्रधान जयपाल सैनी, साबका प्रधान सुखवंत सिंह चीमा आदि ने कहा कि डीजल पेट्रोल दी वध रही कीमतों नाल ट्रांसपोर्टर खुदकुशी करन दी कगार ते आ गए ने। ट्रकां नूं हड़ताल दौरान शांतमई ते भाईचारक तौर ते रोकिया जाएगा ते ट्रकां दे ड्राइवर ते कंडक्टरां दा रहन सहन खाण पीण दा प्रबंध ट्रक एसोसीएशन मूनक वल्लों कीता जाएगा। उन्हां ट्रांसपोर्टरां नूं अपील कीती कि हड़ताल दौरान ट्रकां दी आवाजाई बंद रखन। मूनक तों अजीत दे पत्रकार वरिंदर भारद्वाज दी रिपोर्ट। वधेरे खबरां लई तुसीं वेखदे रहो अजीत वैब टीवी। वाहेगुरू जी का खालसा, वाहेगुरू जी की फतेह। मैं मनजीत सिंह एक्स प्रधान मूनक बेनती करदा सारे ट्रक ऑपरेटरां वालों, सारे असी एसोसीएशन का समर्थन करते हैं। यह महंगाई बहुत बढ़ गई, गड्डिया नूं कुछ बचता नहीं। मोदी नूं जागना चाहिए, साड़ी सुननी चाहिए है, इन्नी आवाज पहुँचाने मारे साड़ी आवाज पहुँचाओ मोदी तक, तेल कुछ रैत देने चाहिए सानू। ਵਾਹਿਗੁਰੂ ਜੀ ਕਾ ਖਾਲਸਾ। ਜਿਹੜੀਆਂ ਇਹ ਤੁਸੀਂ ਕਹੋਗੇ ਇਸ ਅੰਦੋਲਨ ਦੌਰਾਨ, ਉਹਨਾਂ ਗੱਡੀਆਂ ਦਾ ਰਹਿਣ ਦਾ ਲੰਗਰ ਦਾ ਹੋਰ ਦਾ ਪ੍ਰਬੰਧ ਕਿੱਥੋਂ ਕੀਤਾ ਜਾਊਗਾ? ਉਹਨਾਂ ਨੂੰ ਅਸੀਂ ਆਪਣੇ ਯੂਨੀਅਨ ਕਨੀਓ ਦੇਵਾਂਗੇ, ਉਹਨਾਂ ਦਾ ਲੰਗਰ ਪਾਣੀ ਵੀ ਦੇਵਾਂਗੇ ਅਤੇ ਉਹਨਾਂ ਨੂੰ ਚਾਹ ਪਾਣੀ ਵੀ ਪਿਲਾਵਾਂਗੇ। ਉਹਨਾਂ ਦਾ ਰਹਿਣ ਸਹਿਣ ਦਾ ਮੰਡੀ ਦੇ ਵਿੱਚ ਪ੍ਰੋਗਰਾਮ ਬਣਾਵਾਂਗੇ ਜੀ, ਅਤੇ ਸਾਰਾ ਸ਼ਾਂਤਮਈ ਬਿਲਕੁਲ ਜੀ। ਕੋਈ ਟਰੱਕ ਦੀ ਹਵਾ ਕੱਢਣ ਨਹੀਂ ਨਹੀਂ ਇਸ ਤਰ੍ਹਾਂ ਦਾ ਕੁਛ ਨਹੀਂ ਕਰਾਂਗੇ। ਆਪਰੇਟਰ ਐਸਐਸਸੀ ਸਾਡੀ ਮੂਨਕ ਟਰੱਕ ਯੂਨੀਅਨ ਵੱਲੋਂ, ਆਪਰੇਟਰਾਂ ਵੱਲੋਂ, ਪ੍ਰਧਾਨਾਂ ਵੱਲੋਂ, ਅਸੀਂ ਸਾਰੇ ਟਰੱਕ ਆਪਰੇਟਰ ਯੂਨੀਅਨ ਐਸਐਸਐਸ ਨੂੰ ਇੰਡੀਆ ਦਾ ਅਸੀਂ ਸਮਰਥਨ ਕਰਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਸਾਰੇ ਟਰੱਕ ਆਪਰੇਟਰਾਂ ਦਾ ਵੀ ਅੱਜ ਤੋਂ ਹੀ ਢਵਾ ਢਵਾਈ ਰੋਕੀ ਜਾਵੇ ਅਤੇ ਸਾਰੇ ਬਾਰਡਰਾਂ 'ਤੇ ਨਾਕੇ ਲਾਏ ਜਾਣ। ਪਿਆਰ ਦੇ ਨਾਲ ਸਾਰਿਆਂ ਨੂੰ ਬੇਨਤੀ ਕੀਤੀ ਜਾਵੇ ਟਰੱਕ ਆਪਰੇਟਰਾਂ ਨੂੰ ਵੀ ਕੋਈ ਵੀ ਢਵਾ ਢਵਾਈ ਨਾ ਕੀਤੀ ਜਾਵੇ, ਕਿਉਂਕਿ ਤੇਲ ਆਪਣਾ 100 ਰੁਪਏ ਤੱਕ ਪਹੁੰਚ ਗਿਆ, 1 ਰੁਪਿਆ ਆਪਾਂ ਨੂੰ ਬਚਦਾ ਨਹੀਂ ਢਵਾ ਢਵਾਈ ਦੇ ਵਿੱਚ। ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਅਤੇ ਨਾ ਹੀ ਕਿਸੇ ਦਾ ਕੋਈ ਨਾਮਾ ਨੁਕਸਾਨ ਕਰੋ, ਕਿਸੇ ਦੀ ਕੋਈ ਹਵਾ ਨਾ ਕੱਢੋ। ਪਿਆਰ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਕੇ ਆਪਰੇਟਰ ਨੂੰ ਸਮਝਾਓ, ਪਿਆਰ ਦੇ ਨਾਲ ਗੱਡੀਆਂ ਰੋਕੋ ਅਤੇ ਉਹਨਾਂ ਦਾ ਲੰਗਰ ਦਾ ਪ੍ਰਬੰਧ ਕਰੋ ਅਤੇ ਸਾਰਾ ਹੀ ਆਪਣਾ ਭਾਈਚਾਰੇ ਨਾਲ ਏਕੇ ਨਾਲ ਆਪਣਾ ਹੱਲ ਹੋ ਸਕਦਾ ਤਾਂ ਮੋਦੀ ਸਰਕਾਰ ਤੱਕ ਇਹ ਆਵਾਜ਼ ਪਹੁੰਚਾਓ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।